ਬਾਕੀ ਇੱਕ ਕੰਮ ਰਹਿ ਗਿਆ, ਛੁਰੀਆਂ ਲੈਣੀਆਂ ਹੈਗੀਆਂ ਨੇ ਦੋ। ਤੇ ਦੇਖੋ ਮਾਸ਼ਾਅੱਲਾ ਕਿਤਨਾ ਵੱਡਾ ਹੈਗਾ ਇਹ ਬਰ ਦਾ ਪਰਦਾ, ਤੇ ਇਹ ਮਤਲਬ ਹੈ ਨਾ ਦੋਨੋਂ ਰਲਾ ਕੇ ਨੇ, ਇੱਕੋ ਪਿਆ ਦੇ ਨਾਲ ਦਾ ਇੱਕ ਇਹ ਹੈਗਾ। ਆਹੋ ਰਲਾ ਕੇ ਤੇ ਫਿਰ ਇਹਦੇ ਉੱਤੇ ਨਾ ਛੱਤ ਪੈ ਜਾਏਗੀ, ਉੱਪਰਲੇ ਕਮਰੇ ਦੇ। ਹਾਂਜੀ, ਇਸ ਕਮਰੇ ਦੇ ਉੱਤੇ ਛੱਤ ਪੈ ਜਾਏਗੀ ਤੇ ਫਿਰ ਇੱਥੇ ਅੰਦਰ। ਇਹ ਦੇਖੋ ਕਿਤਨੀ ਮਾਸ਼ਾਅੱਲਾ ਬੜੀ ਮਾਰਕੀਟ ਹੈ। ਪਰ ਛੁਰੀਆਂ ਲੈ ਵੀ ਲਈਆਂ ਹੈਗੀਆਂ ਨੇ, ਘਰ ਚੱਲ ਕੇ ਤੁਹਾਨੂੰ ਦਿਖਾਵਾਂਗੇ, ਪੈਕ ਕਰਵਾ ਲਈਆਂ ਨੇ। ਔਰ ਇਹ ਵਾਲੀ ਰੇਤੂ ਵੀ ਲੈ ਲਈਏ, ਤਾਂ ਕਿ ਭੁੱਖ ਲੱਗੀ ਹੈ, ਚੱਲੇ ਹਾਂ ਤੇਰੇ ਵਾਸਤੇ ਵੀ ਲੈਣ। ਜੀ ਅਸਲਾਮ ਅਲੈਕੁਮ, ਕੀ ਹਾਲ ਮੇਰੇ ਤਮਾਮ ਭੈਣਾਂ ਭਾਈਆਂ, ਠੀਕ ਠਾਕ ਹੋ? ਅਲਹਮਦੁਲਿਲਾ ਮੈਂ ਬਿਲਕੁਲ ਠੀਕ ਠਾਕ ਹਾਂ। ਔਰ ਜੀ ਅੱਜ ਮਾਸ਼ਾਅੱਲਾ ਚੱਲੇ ਹਾਂ ਸਾਹੀਵਾਲ ਪਰਦੇ ਲੈਣ ਦੋ, ਕਿਉਂਕਿ ਇਹ ਜਿਹੜਾ ਵਿੱਚ ਗੈਪ ਹੈ ਨਾ ਇਹ ਵਾਲਾ, ਇੱਥੇ ਵੀ ਇੱਕ ਪਰਦਾ ਲੱਗ ਜਾਏਗਾ। ਔਰ ਬੈਕ ਸਾਈਡ 'ਤੇ ਵੀ ਇਹ ਦੇਖੋ, ਕਿਉਂਕਿ ਪਹਿਲੇ ਤੁਸੀਂ ਦੇਖਿਆ ਵੀ ਇੱਧਰ ਉੱਧਰ ਕਰਿਆ ਨਾ ਕਾਫੀ ਇਹ ਗੈਪ ਪੈ ਜਾਂਦਾ ਹੈਗਾ, ਯਾਨੀ ਕਿ ਨਾ ਇਹ ਵਿੱਚ ਗੈਪ ਹੈਗਾ ਕਿਸਮ ਦਾ। ਇੱਥੇ ਇੱਕ ਹੋਰ ਪਰਦਾ ਲੱਗ ਜਾਏਗਾ ਨਾ, ਫਿਰ ਇਹ ਥੋੜ੍ਹਾ ਇੱਧਰ ਕਲੋਜ਼ ਹੋ ਕੇ ਤੇ ਇਹ ਵੀ ਖੂਬਸੂਰਤ ਲੱਗੇਗਾ, ਨਾਲ ਨਾਲ ਹੋਣਗੇ, ਇਹ ਵੀ ਨਾਲ ਨਾਲ ਹੋਣਗੇ, ਇੱਕ ਵਿੱਚ ਪਰਦਾ ਆ ਜਾਏਗਾ। ਬਾਕੀ ਅੱਲਾ ਖੈਰ ਕਰੇਗਾ, ਇਨਸ਼ਾਅੱਲਾ ਚੱਲਦੇ ਹਾਂ ਚੱਲ ਕੇ ਇਹਦੇ ਨਾਲ ਦੇ ਸੇਮ ਪਰਦੇ ਲੈ ਕੇ ਆਉਂਦੇ ਹਾਂ। ਔਰ ਜੀ ਬਾਕੀ ਬਹੁਤ ਖੂਬਸੂਰਤ ਪਰਦੇ ਹੈਗੇ ਤੇ ਇਨਸ਼ਾਅੱਲਾ ਇਹਦੇ ਨਾਲ ਦੇ ਬਿਲਕੁਲ ਸੇਮ ਲੈ ਕੇ ਆਵਾਂਗੇ। ਔਰ ਜੀ ਬਾਕੀ ਤੁਸੀਂ ਸਾਡੇ ਨਾਲ ਨਾਲ ਰਹਿਣਾ ਹੋਏਗਾ, ਇਨਸ਼ਾਅੱਲਾ ਪਰਦਿਆਂ ਦੀ ਦੁਕਾਨ ਹੀ ਤੁਹਾਨੂੰ ਦਿਖਾਵਾਂਗੇ ਔਰ ਮੁਕੰਮਲ ਵਿਜ਼ਿਟ ਕਰਾਵਾਂਗੇ। ਬਹੁਤ ਖੂਬਸੂਰਤ ਉੱਥੇ ਪਰਦੇ ਹੁੰਦੇ ਨੇ ਔਰ ਮਹਿੰਗੇ ਤੋਂ ਮਹਿੰਗੇ ਹੁੰਦੇ ਨੇ, 25,000 ਤੀਕਰ ਵੀ ਇੱਕ ਪਰਦਾ ਹੁੰਦਾ ਹੈਗਾ ਉੱਥੇ। ਉਹ ਕਹਿੰਦਾ ਅਸੀਂ ਮਤਲਬ ਅਲੱਗ ਰੱਖੇ ਹੋਏ ਨੇ, ਅਗਰ ਕੋਈ ਮਤਲਬ ਮਹਿੰਗੇ ਤੋਂ ਮਹਿੰਗਾ ਪਰਦਾ ਵੀ ਲੈਣਾ ਚਾਹੇ ਤਾਂ ਅਸੀਂ ਲਿਆ ਕੇ ਉਹਨਾਂ ਨੂੰ ਦੇ ਦਿੰਦੇ ਹਾਂ। ਮਾਸ਼ਾਅੱਲਾ ਮੌਸਮ ਬੜਾ ਪਿਆਰਾ ਬਣਿਆ ਹੋਇਆ, ਦੇਖੋ ਬੱਦਲ ਆਏ ਹੋਏ ਹੈਗੇ ਨੇ, ਬੜਾ ਪੁਰਸਕੂਨ ਮਾਹੌਲ ਹੈਗਾ। ਬਾਕੀ ਚੱਲਦੇ ਹਾਂ ਜੀ ਸਾਹੀਵਾਲ, ਔਰ ਸ਼ੇਰੂ ਸਾਹਿਬ ਵਾਸਤੇ ਜਿਹੜੀਆਂ ਨਾ ਛੁਰੀਆਂ ਵੀ ਲੈ ਕੇ ਆਉਣੀਆਂ ਨੇ ਅਤੇ ਮੁੱਢੀ ਵੀ ਲੈ ਕੇ ਆਉਣੀ ਹੈ, ਦੇਖਾਂਗੇ ਮੁੱਢੀ ਉੱਥੋਂ ਮਿਲ ਗਈ ਤਾਂ ਠੀਕ ਹੈ, ਵਰਨਾ ਛੁਰੀਆਂ ਤਾਂ ਜ਼ਰੂਰ ਲੈ ਕੇ ਆਉਣੀਆਂ ਨੇ। ਟੋਕਾ ਆਪਣੇ ਕੋਲ ਪਹਿਲੇ ਦਾ ਪਿਆ ਹੈਗਾ, ਔਰ ਮਾਸ਼ਾਅੱਲਾ ਅੱਲਾ ਦੀ ਰਾਹ 'ਤੇ ਇਹਨੂੰ ਕੁਰਬਾਨ ਕਰਨ ਵਾਸਤੇ ਬੜੀ ਸ਼ੌਕ ਨਾਲ ਅਸੀਂ ਜਿਵੇਂ ਚੀਜ਼ਾਂ ਲੈ ਕੇ ਜਾ ਰਹੇ ਆ ਰਹੇ ਹੈਗੇ ਹਾਂ, ਉਸੇ ਤਰੀਕੇ ਅੱਲਾ ਪਾਕ ਜਿਹਦਾ ਜਿਹਨੇ ਮਤਲਬ ਇਹਦਾ ਹਦੀਆ ਦਿੱਤਾ ਅੱਲਾ ਪਾਕ ਉਹ ਵੀ ਕਬੂਲ ਕਰੇ, ਔਰ ਸ਼ੇਰੂ ਸਾਹਿਬ ਦੀ ਕੁਰਬਾਨੀ ਵੀ ਅੱਲਾ ਪਾਕ ਕਬੂਲ ਕਰੇ ਜੀ। ਔਰ ਜੀ ਅਸੀਂ ਜਿਹੜੀ ਥੋੜ੍ਹੀ ਬਹੁਤੀ ਮਿਹਨਤ ਕਰ ਰਹੇ ਹਾਂ ਸ਼ੇਰੂ ਸਾਹਿਬ ਦੀ, ਯਾਨੀ ਕਿ ਨਾ ਖਿਦਮਤ ਹੋ ਰਹੀ ਹੈਗੀ, ਅੱਲਾ ਪਾਕ ਉਹ ਸਾਡੀ ਵੀ ਕਬੂਲ ਕਰੇ, ਦੁਆ ਕਰਿਆ ਜੀ ਸਭ ਦੀ, ਯਾਨੀ ਕਿ ਨਾ ਜੋ ਹਦੀਆ ਹੈ ਜੋ ਮਿਹਨਤ ਹੈ ਅੱਲਾ ਪਾਕ ਸਭ ਦੀ ਕਬੂਲ ਕਰੇ, ਆਮੀਨ। ਤੇ ਠੀਕ ਹੈ ਚਲੀ ਅਸਨ, ਖਿਆਲ ਰੱਖੀ, ਫਿਰ ਸ਼ੇਰੂ ਸਾਹਿਬ ਦਾ ਅਸੀਂ ਪਹੁੰਚ ਜਾਂਦੇ ਹੁਣ। ਸ਼ੇਰੂ ਲਈ ਤੁਸੀਂ ਨਾ ਜਿਹੜੀਆਂ ਛੁਰੀਆਂ ਟੋਕੇ ਲੈਣੇ ਨੇਗੇ ਚੰਗੇ ਲੈ ਜੇ ਸਟੀਲ ਵਾਲੇ ਜਿਹੜੇ, ਹਾਂ ਸਟੀਲ ਦੀਆਂ ਛੁਰੀਆਂ ਲੈ ਕੇ ਆਵਾਂਗੇ, ਆ ਚੰਗੀਆਂ ਲੈ ਕੇ ਆਵਾਂਗੇ, ਨਹੀਂ ਚੰਗੀਆਂ ਲਾਵਾਂਗੇ ਕਿਹੜੀਆਂ ਘਰ ਵਾਸਤੇ ਹੋਣਗੀਆਂ। ਨਾਲ ਸਾਡੇ ਕਸਾਈਆਂ ਦੁਕਾਨ ਸੀ, ਆਹੋ ਵੈਸੇ ਤਾਂ ਕਾਠੀ ਨੇਗੇ ਕਸਾਈ ਕਹਿ ਰਿਹਾ, ਕਸਾਈਆਂ ਵਾਲਾ ਕੰਮ ਕਰਦੇ ਨੇਗੇ, ਉਹਨਾਂ ਕੋਲ ਛੁਰੀਆਂ ਬਹੁਤ ਅੱਛੀਆਂ ਆਉਂਦੀਆਂ, ਸਭ ਤੋਂ ਮੈਂ ਦੇਖੀਆਂ ਸੀ ਬੁਜਾਨੋ ਕਹਿ ਰਿਹਾ ਸਟੀਲ ਵਾਲੀਆਂ ਅੱਛੀਆਂ ਲੈ। ਠੀਕ ਹੈ, ਮੇਨ ਤਾਂ ਸੀ ਇਹ ਮਤਲਬ ਹੈ ਨਾ ਛੁਰੀਆਂ ਔਰ ਜਿਹੜੀ ਮੁੱਢੀ ਹੈ ਉਹਦੇ ਵਾਸਤੇ ਜਾ ਰਹੇ ਹਾਂ, ਬਾਕੀ ਇਹ ਪਰਦੇ ਵੀ ਲਿਆਣੇ ਹੈਗੇ ਨੇ ਨਾ, ਕਿਉਂਕਿ ਇਹ ਵੀ ਬੁਰੇ ਲੱਗਦੇ ਹੈਗੇ ਨੇ, ਤੇ ਉੱਥੋਂ ਵਾਲਾ ਵੀ, ਹਾਂ ਬਸ ਦੋਨੋਂ ਹੀ ਲਿਆਣੇ ਨੇ ਉਹ ਗੇਟ ਵਾਲੇ ਤਾਂ। ਠੀਕ ਹੈ ਠੀਕ ਹੈ ਚਲੀਏ, ਔਰ ਬਾਕੀ ਮੌਸਮ ਠੰਡਾ ਆਏਗਾ, ਸਕੂਨ ਨਾਲ ਜਾਵਾਂਗੇ ਅਸੀਂ ਇਨਸ਼ਾਅੱਲਾ। ਠੀਕ ਹੈ ਚੱਲਦੇ ਹਾਂ, ਅਤੇ ਮਾਸ਼ਾਅੱਲਾ ਦੇਖੋ ਕਿਤਨੇ ਗਹਿਰੇ ਬੱਦਲ ਹੈਗੇ ਨੇ, ਆਪਣਾ ਓਪਨ ਵਿਊ। ਠੀਕ ਹੈ ਚੱਲਦੇ ਹਾਂ, ਅਤੇ ਦੁਆ ਕਰਿਆ ਜੇ ਕਿ ਅੱਲਾ ਪਾਕ ਖੈਰ ਸਲਾਮਤੀ ਲੈ ਜਾਵੇ ਅਤੇ ਖੈਰ ਸਲਾਮਤੀ ਲੈ ਕੇ ਆਵੇ। ਦਰਿਆ ਕ੍ਰਾਸ ਕਰਨ ਲੱਗੇ ਹਾਂ, ਇਨਸ਼ਾਅੱਲਾ ਪਹੁੰਚ ਕੇ ਅਤੇ ਫਿਰ ਭੈਣਾਂ ਭਾਈਆਂ ਨੂੰ ਸ਼ੇਅਰ ਕਰਾਂਗੇ। ਦਰਿਆ 'ਚ ਕਾਫੀ ਪਾਣੀ ਆ ਰਿਹਾ, ਇੱਥੇ ਕੱਪੜੇ ਦੀ ਮਾਰਕੀਟ 'ਚ ਆ ਗਿਆ, ਅਤੇ ਇਹ ਵਾਲਾ ਸਮਾਨ ਜਿਹੜਾ ਲਿਆ ਹੈਗਾ, ਇੱਕ ਰਜ਼ਾਈ ਅਤੇ ਇਹ ਵਾਲੇ ਤੰਬੂ ਦੇ ਦੋ ਟੋਟੇ, ਇੱਕ ਇਹ ਤੰਬੂ ਔਰ ਇੱਕ ਇਹ ਤੰਬੂ, ਇਕੱਠੇ ਕਰਕੇ ਨਾ ਉੱਥੇ ਤੁਹਾਨੂੰ ਦਿਖਾਵਾਂਗੇ, ਘਰ ਚੱਲ ਕੇ ਇਹਨਾਂ ਨੂੰ ਜੋੜ ਕੇ ਬੰਨ ਲਾਂਗੇ। ਇੱਕ ਆ ਗੱਦੀ ਲਈ ਹੈਗੀ ਬੈੱਡ ਵਾਸਤੇ, ਇਹ ਤਿੰਨ ਚੀਜ਼ਾਂ ਲਈਆਂ ਹੈਗੀਆਂ, ਬਾਕੀ ਤੰਬੂ ਲੈਣੇ ਆ ਦੂਸਰੇ ਪਰਦੇ ਅੰਦਰੋਂ ਲੈਣੇ ਹੈਗੇ ਨੇ, ਇਹਦੇ ਨਾਲ ਇਹ ਹੈਗੇ ਨੇ ਆਪਣੇ ਪਹਿਲੇ ਵਾਲੇ ਪਰਦੇ, ਇਹ ਦੇਖੋ ਇਹ ਆਪਣੇ ਸੇਮ ਹੈਗੇ ਨੇ, ਪਹਿਲੇ ਕਢਵਾ ਕੇ ਗਏ ਹਾਂ ਅਤੇ ਉਦੋਂ ਭਾਈ ਨਹੀਂ ਆਇਆ ਸੀ, ਉਹ ਕਹਿੰਦਾ ਭਾਈ ਆ ਜਾਏਗਾ, ਜਿਹਨੂੰ ਕੋਈ ਲੈ ਕੇ ਗਏ ਨੇ ਉਹ ਕਹਿੰਦਾ ਮੈਂ 2,000 ਦੇ ਕੇ ਦਿੰਦਾ ਹੈਗਾ। ਔਰ ਬਾਕੀ ਦੇਖੋ ਕਿਤਨੇ ਪਿਆਰੇ ਪਿਆਰੇ ਡਿਜ਼ਾਇਨ ਹੈਗੇ ਨੇ, ਦੇਖੋ ਇਹ ਅਲੱਗ, ਇਹ ਵਾਲਾ ਅਲੱਗ, ਇਹ ਅਲੱਗ, ਇਹ ਅਲੱਗ, ਅਲੱਗ ਅਲੱਗ ਡਿਜ਼ਾਇਨ ਹੈਗੇ ਨੇ, ਇਹ ਦੇਖੋ ਇਹ ਤਾਂ ਫਿਰ ਆਪਣੇ ਵਾਲਾ ਨਾ, ਇਹ ਵੀ ਬਹੁਤ ਪਿਆਰਾ ਹੈਗਾ ਸਿਲਕੀ ਜਿਹਾ, ਇਹ ਹਾਲ ਆਪਣੇ ਡਿਜ਼ਾਇਨ 'ਚ ਹੈ ਲੇਕਿਨ ਕਲਰ ਹੋਰ ਹੈਗਾ, ਇਹ ਦੇਖੋ
शीटा वगैरा पे बैठा कितनी प्यारी प्यारी कितनी बड़ी दुकान है जी। और जी ये आले दो परदे ले ले है ने जिहड़े अपने घर पहले लगे हुए ने डिजाइन आले क्योंकि इन्दे नाल दे जेनुइन लैने सी तदे करके असीं इसे दुकान ते आए इन्हों को होर भी इन्दे नाल दे बथेरे परदे पए ने कह रहे भाई जी जितने तैनू चाहिए होणगे इन्दे नाल दे परदे हैगे ने साडे कोल ये देखो बाकी बड़े खूबसूरत हैगे ने आले परदे ते जिन्ने जिन्ने इन्दे नाल दे परदे खरीदने हैगे ने सानू दस दे जे असीं तुहाडे कोल पहुँचा देंगे। ये देखो कितनी माशाल्लाह बड़ी मार्केट है पर्दियां दी और बेड शीटां दी सब कुछ देखो। ये देखो कितनी लंबी दुकान है जी। नहीं नहीं अगले वास्ते रहन दे बस यही दो ही लेने हैं गे। ये देखो माशाल्लाह बाकी बाहर चीज़ा लगी हुई एक एक सैंपल लगे हुए भी इन नाल दे अंदर साढ़े को है ने। ये देखो रोल कितने बड़े बड़े बाकी पर्दे वगैरह ले लें। थैंक यू भाई जान मेहरबानी शुक्रिया ताड़ा। ते बाकी होर तो अपन कोई काम नहीं चलिए घर चलो बाकी एक काम रह गया छुरियां लैनिया है ने दो ते उस तो बाद बुगदा लेना है मिल गया ठीक है नहीं तो पिंडो बनवा लाँगे जो अपना कुकर है उनका बनवा लाँगे। बाकी छुरियां की दुकान तो इतने पहुँचे हैं तो छुरियां लै भी लिया है घर चल के तुम दिखावे पैक करवा लिया ने और ये वाली रेतू भी लै लिए ताकि सानू बार बार किधरे होर जाके रगड़निया ना पैन फिर असं दीवारा तो रगड़न लग जाने ना भी तेज़ हो जाए लेकिन यह तेज़ करने वास्ते आला ठीक होंगे है और बाकी ठीक है चलने घर तो हम घर ही मुलाकात होगी। बाकी छुरियां जी बड़ी बेहतरीन ने बाइक वाले देखो दूसरे जो टोके भी लेकिन टोका अपने को आप पे है तो रगड़न वास्ते आप लै ली हैगी है टोका अपने को आप तेज़ आप कर लाँगे करवा लाँगे हूँ आप कर लाँगे टोका भी इससे तेज़ कर लाँगे छुरियां भी बार बार तेज़ कर बिल्कुल सेम इन नाल है अपने को कितनी कीमत लिखी हुई 5800 रुपया 5800 पै ना और असी लिया 1400 का फुल नहीं गया 54 का लिखे हुआ 58 का लिखे हुआ फुलिया नहीं है भाई ये दुकानदार आप नहीं है ना किधर काम गया तो इनकी नाल ईजी पैसे आई दुकान ईजी लोड आई है देखो ये भाई इन ही है हूँ इन ही ने असी लिया 4 साल पहले 7000 रुपये का है ये देखो 7000 बड़े महंगे ने यार। अच्छा तेन गुआढ़ी हो के नहीं पता है भी नहीं मैं चलो ठीक है और देखो कुर्बानी वास्ते छुरियां चलिए फिर अपना हम समझ ला भी 7000 रुपये बच गया है जे अज ना लिया हों तो अपन पै जाना सी चलिए ठीक है चलने घर इंशाल्लाह घर जाके भैन भाइयों ने शेयर करांगे क्योंकि रश बहुत ज्यादा है तो इतने वीडियो नहीं बन सकती है अलहमदुलिल्लाह घर पहुंचे हैं तो और घर पहुंचे ही हैं तो वेख्या माशाल्लाह साढ़े घर नवा मेहमान आ गया ये देखो माशाल्लाह ये बकरा है अबू जी का तो अबू जी इतने छोड़ गए ने क्योंकि अबू जी को पट्ठे नहीं पेंदे है तदे करके कहता भी थोड़ा तो मतलब है ना बच्छा है तो बच्छे पट्ठे थोड़े बहुत इतने पाते करो मैं चलो ठीक है तो मैं तो पहले दिन अबू जी ने आख्या भी तू इत्थे बन दे ते तू एक दिन दो दिन पहले लैके चला जाएगा तो बाकी आज सुबह सुबह इत्थे दे गए जो असी शहर गए उदो इत्थे दे गए ने अबू जी और सारे समान का तुहानू विजिट कराइए हुण छुरे आ माशाल्लाह छुरा बहुत अच्छा लैंदा हाँ सारा कुछ तैयारियां हो गई माशाल्लाह ईद दियां तैयारियां हो गई अलहमदुलिल्लाह क्यों नहीं जी क्यों नहीं छुरियां बड़िया प्यारियां रचिया हाँ ये नाल लैंदी मैं क्यों अपना टोका भी रगड़ना है तदे करके मैं बंदा अच्छा नहीं लगता है फिर बार बार जगह 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 अज रात रगड़ा गे या हूने रगड़ लैंदा सन हाँ 300 रुपया दिया उन्होंने 300 दिता है
ਲਿਖਾਇਆ ਨਹੀਂ 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 ਸਾਡੇ 400 ਲਿਖਿਆ ਹੋਇਆ ਲੇਕਿਨ ਆਪਣਾ ਇਸੇ ਤਰੀਕੇ ਮੁਕਾ ਕੇ ਲਈ ਦੀ ਚੀਜ਼ ਕਿ ਜ਼ਰੂਰੀ ਪੈਸੇ ਵੱਧ ਦੇਣੇ ਹੁੰਦੇ ਨੇ ਮਤਲਬ ਹਾਲੇ ਵੀ ਉਹਨਾਂ ਨੂੰ 50 ਬਚ ਗਿਆ ਹੋਣਾ ਮਾਸ਼ਾਅੱਲਾ ਔਰ ਇਹ ਦੇਖੋ ਮਾਸ਼ਾਅੱਲਾ ਕਿਤਨਾ ਵੱਡਾ ਹੈਗਾ ਇਹ ਬਰਦਾ ਪਰਦਾ ਤੇ ਇਹ ਮਤਲਬ ਹੈ ਨਾ ਦੋਨੋਂ ਰਲਾ ਕੇ ਨੇ ਇੱਕ ਉਹ ਪਿਆ ਇਹਦੇ ਨਾਲ ਦਾ ਇੱਕ ਇਹ ਹੈਗਾ ਆਹੋ ਰਲਾ ਕੇ ਤੇ ਫਿਰ ਇਹਦੇ ਉੱਤੇ ਨਾ ਛੱਤ ਪੈ ਜਾਏਗੀ ਉੱਪਰਲੇ ਕਮਰੇ ਦੇ ਹਾਂਜੀ ਇਸ ਕਮਰੇ ਦੇ ਉੱਤੇ ਛੱਤ ਪੈ ਜਾਏਗੀ ਤੇ ਫਿਰ ਇੱਥੇ ਅੰਦਰ ਹੀ ਮਤਲਬ ਹੈ ਨਾ ਸਕੂਨ ਨਾ ਕਿਉਂਕਿ ਖੁੱਡਾ ਹੀ ਇਸੇ ਕਰਕੇ ਡਾਇਆ ਹੈਗਾ ਬਿਲਕੁਲ ਪਲੇਨ ਜਗ੍ਹਾ ਮਾਸ਼ਾਅੱਲਾ 15x15 ਦਾ ਮਤਲਬ ਹੈ ਕਮਰਾ ਅਤੇ ਇੱਥੇ ਆਰਾਮ ਸਕੂਨ ਨਾਲ ਥੱਲੇ ਸੀ ਇਹ ਜਿਹੜਾ ਸ਼ੇਰੂ ਸਾਹਿਬ ਹੈ ਇਹਦੀ ਕੁਰਬਾਨੀ ਮਾਸ਼ਾਅੱਲਾ ਕਰਕੇ ਅਤੇ ਇੱਥੇ ਆਰਾਮ ਨਾਲ ਸਕੂਨ ਨਾਲ ਬਣਾ ਲਾਂਗੇ ਗੋਸ਼ਤ ਅਤੇ ਇੱਥੇ ਤਕਸੀਮ ਕਰ ਦੇਵਾਂਗੇ ਇਨਸ਼ਾਅੱਲਾ ਤਕਸੀਮ ਦੀ ਅਸੀਂ ਰੂਟੀਨ ਤੁਹਾਨੂੰ ਇਨਸ਼ਾਅੱਲਾ ਨਾ ਇੱਕ ਦਿਨ ਪਹਿਲੇ ਦੱਸਾਂਗੀ ਤੂੰ ਔਰ ਇਹ ਦੋਵੇਂ ਜਿਹੜੇ ਕੱਪੜੇ ਹੈਗੇ ਨੇ ਇੱਥੇ ਮੁਕੰਮਲ ਪੂਰੇ ਆ ਜਾਣਗੇ ਅਸੀਂ ਉੱਥੇ ਯਾਨੀ ਕਿ ਨਾ ਕੱਚ ਕੇ ਅਤੇ ਫਿਰ ਲੈ ਕੇ ਆਇਆ ਗਿਆ ਔਰ ਜੀ ਲਓ ਜੀ ਇਹ ਦੋ ਪਰਦੇ ਵੀ ਆ ਗਏ ਇੱਕ ਇੱਥੇ ਵਾਸਤੇ ਇਹ ਦੇਖੋ ਹਾਂ ਇੱਕੋ ਚੀਜ਼ ਲੈ ਕੇ ਆਇਆ ਸੇਮ ਕਿਉਂਕਿ ਉਹਨਾਂ ਕੋਲ ਬਹੁਤ ਜ਼ਿਆਦਾ ਹੈਗੇ ਸੀ ਇੱਕ ਇਹ ਵਾਲਾ ਪਿੱਛੇ ਲੱਗ ਜਾਏਗਾ ਜੀ ਇਹ ਦੇਖੋ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ ਹਾਂ ਲਾ ਲੈਂਦੇ ਕੋਈ ਨਹੀਂ ਆਰਾਮ ਨਾਲ ਲਾ ਲਾਂਗੇ ਸ਼ਾਮ ਨੂੰ ਲਾ ਲਾਂਗੇ ਬਾਕੀ ਹੋ ਗਿਆ ਛੁਰੀਆਂ ਅਤੇ ਆਪਣਾ ਇਹ ਦੋਨੋਂ ਚੀਜ਼ ਅੰਦਰ ਰੱਖ ਸਨ ਰੱਖੀਆਂ ਬਸ ਠੀਕ ਹੈ ਠੀਕ ਹੋ ਗਿਆ ਠੀਕ ਠੀਕ ਹੋ ਗਿਆ ਇਨਸ਼ਾਅੱਲਾ ਲਵਾ ਲਾਂਗੇ ਕਮਰਿਆਂ ਦੇ ਪਰਦੇ ਵੀ ਆ ਦੋਨੋਂ ਵਿੰਡੋ ਜਦੋਂ ਮੈਂ ਦੇਖਣਾ ਨਾ ਬੜਾ ਦੁੱਖ ਲੱਗਦਾ ਹੈਗਾ ਇਹ ਦੇਖੋ ਕਿਉਂਕਿ ਇਤਨਾ ਪਿਆਰਾ ਯਾਨੀ ਕਿ ਬਰਾਮਦਾ ਹੈਗਾ ਔਰ ਉਹਦੇ ਅੱਗੇ ਵਿੰਡੋ ਨਹੀਂ ਹੈਗੀਆਂ ਇਹ ਵੀ ਵਿੰਡੋ ਕੋਈ ਨਹੀਂ ਹੈਗੀ ਅਦਲੀ ਵਿੰਡੋ ਵੀ ਨਹੀਂ ਹੈਗੀ ਇਹ ਦੇਖੋ ਪਿੱਛੇ ਸੇਫ ਅਲਮਾਰੀ ਦੀ ਅਸੀਂ ਨਾ ਇੱਕ ਛੁਪਾਇਆ ਹੋਇਆ ਸਿਸਟਮ ਹੈ ਦੇਖੋ ਅੰਦਰ ਨੂੰ ਨਾ ਇਹ ਦੇਖੋ ਸੇਫ ਅਲਮਾਰੀ ਦਾ ਔਰ ਇਹ ਚੀਜ਼ ਜਿਹੜੀ ਉੱਥੇ ਲਈ ਸੀ ਤੁਹਾਨੂੰ ਉੱਥੇ ਦਿਖਾਈ ਸੀ ਇੱਥੇ ਦਿਖਾਈ ਨਹੀਂ ਹੈਗੀ ਇੱਥੇ ਨੂਰ ਦਸਤੀ ਚੱਕ ਕੇ ਅੰਦਰ ਲੈ ਕੇ ਆ ਗਈ ਨੂਰ ਨਾ ਅੰਦਰ ਚੱਕ ਕੇ ਲੈ ਕੇ ਆ ਗਈ ਪਾਪੇ ਮੇਰੇ ਵਾਸਤੇ ਲੈ ਕੇ ਆਇਆ ਪਾਪਾ ਮੇਰੇ ਵਾਸਤੇ ਲੈ ਕੇ ਦੇਖੋ ਬੜੀ ਪਿਆਰੀ ਹੈਗੀ ਗੱਦੀ ਜ਼ਬਰਦਸਤ ਮੈਨੂੰ ਬੜੀ ਪਸੰਦ ਆਈ ਹੈਗੀ ਅਤੇ ਇਹ ਲੈ ਲਈ ਮੈਂ ਕਿਹਾ ਨਾ ਦੇਖੋ ਨਾ ਬੜੇ ਪਿਆਰੇ ਡੋਰੀ ਬੰਨੇ ਹਾਂ ਜ਼ਬਰਦਸਤ ਹੈਗੀ ਔਰ ਵੱਡੇ ਸਰਾਣੇ ਜਿੱਡੀ ਹੈਗੀ ਕਿਹੜੀ ਛੋਟੀ ਸਰਾਣੀ ਵੱਡੇ ਸਰਾਣੇ ਜਿੱਡੀ ਹੈਗੀ ਔਰ ਨਰਮ ਹੈਗੀ ਜ਼ਬਰਦਸਤ ਹੈਗੀ ਖਰਾਬ ਨਾ ਹੋਣ ਵਾਲੀ ਚੀਜ਼ ਹੈਗੀ ਦੇਖੋ ਕੱਪੜਾ ਬੜਾ ਜ਼ਬਰਦਸਤ ਲੱਗਿਆ ਚੱਕਰ ਲੱਗਿਆ ਹਾਂ ਇੱਕ ਦੋ ਹੋਰ ਤਿੰਨ ਲੈ ਲਈਆਂ ਨਾ ਅਤੇ 4-5 ਹੋਣਗੀਆਂ ਉੱਪਰ ਨਾ ਡਬਲ ਬੈੱਡ ਦੇ ਉੱਤੇ ਸੋਹਣੀਆਂ ਲੱਗੀਆਂ ਹੈਗੀਆਂ ਔਰ ਜੀ ਮਾਸ਼ਾਅੱਲਾ ਇਹ ਦੇਖੋ ਇਹ ਵਾਲੀ ਹੈਗੀ ਆਪਣੀ ਆਖਰੀ ਆਈਟਮ ਔਰ ਦੇਖੋ ਨਵੀਂ ਬਿਲਕੁਲ ਰਜ਼ਾਈ ਜ਼ਬਰਦਸਤ ਹਾਂ ਇਹ ਡਬਲ ਬੈੱਡ ਵਾਸਤੇ ਹੈਗੀ ਆਹੋ ਔਰ ਸਿਰਫ 1000 ਰੁਪਈਏ 'ਚ ਹੈਗੀ 1000 ਰੁਪਈਏ 'ਚ ਕਿਹੜੀ ਮਹਿੰਗੀ ਹੈਗੀ ਰਜ਼ਾਈ ਔਰ ਡਬਲ ਬੈੱਡ ਦੀ ਯਾਨੀ ਕਿ ਇੱਕ ਚਾਦਰ ਨੁਮਾ ਹੈਗੀ ਚਾਦਰ ਦੀ ਚਾਦਰ ਅਤੇ ਰਜ਼ਾਈ ਦੀ ਰਜ਼ਾਈ ਬਿਲਕੁਲ ਇਸ ਤਰ੍ਹਾਂ ਬੈੱਡਸ਼ੀਟ ਕੋਈ ਜ਼ਰੂਰਤ ਨਹੀਂ ਪੈਣੀ ਕਿਉਂਕਿ 1000 ਰੁਪਏ 'ਤੇ ਬੈੱਡਸ਼ੀਟ ਹੀ ਆਉਂਦੀ ਹੈਗੀ ਡਬਲ ਹਾਂ ਬੜਾ ਪਿਆਰਾ ਯਾਨੀ ਕਿ ਨਾ ਫਲਾਵਰ ਬਣੇ ਹੋਏ ਹੈਗੇ ਨੇ ਔਰ ਅੱਛੀ ਚੀਜ਼ ਹੈਗੀ ਯਾਨੀ ਕਿ ਮੁਲਾਇਮ ਵੀ ਬਹੁਤ ਜ਼ਿਆਦਾ ਹੈਗੀ ਮੁਲਾਇਮ ਔਰ ਠੀਕ ਹੋ ਗਿਆ ਔਰ ਸਾਰੀਆਂ ਚੀਜ਼ਾਂ ਕੰਪਲੀਟ ਹੋ ਗਈਆਂ ਜਿਹੜੀ ਸ਼ੋਪਿੰਗ ਕਰਕੇ ਲੈ ਕੇ ਆਏ ਹਾਂ ਸਾਰੀ ਮੁਕੰਮਲ ਹੋ ਗਈ ਮਾਸ਼ਾਅੱਲਾ ਔਰ ਚਲੀਏ ਆਪਾਂ ਸ਼ੇਰੂ ਵਾਸਤੇ ਗਾਹ ਲੈ ਕੇ ਆਈਏ ਕਿਉਂਕਿ ਸੁਬਹ ਪੱਠੇ ਜਿਹੜੇ ਨਾ ਉਹ ਪਾ ਕੇ ਗਏ ਸੀ ਇਹ ਵਾਲੇ ਅਤੇ ਇੰਨੇ ਪਸੰਦ ਨਾਲ ਪੱਠੇ ਵੀ ਨਹੀਂ ਖਾਂਦਾ ਦੇਖੋ ਨਾ ਥੱਲੇ ਉਹਨੇ ਪੈਰਾਂ ਦੇ ਮਦੇਲੇ ਹੋਏ ਨੇ ਸਾਰੇ ਅਤੇ ਜਿੱਥੇ ਪਸੰਦ ਨਾਲ ਗਾਹ ਖਾਂਦਾ ਔਰ ਜੀ ਯਾਦ ਆ ਗਿਆ ਨੰਨੇ ਮਹਿਮਾਨ ਵਾਸਤੇ ਵੀ ਤਾਂ ਚਾਰਾ ਲੈ ਕੇ ਆਉਣਾ ਹੈਗਾ ਔਰ ਅਸਾਂ ਨੇ ਨਾ ਦੇਖੋ ਮਾੜਾ ਮੋਟਾ ਇੱਥੋਂ ਹੀ ਮਤਲਬ ਬੂਟੀ ਛੂਟੀ ਪੱਟ ਕੇ ਪਾਈ ਹੈਗੀ ਔਰ ਹੁਣ ਲੈ ਕੇ ਆਉਂਦੇ ਇਹਦੇ ਵਾਸਤੇ ਵੀ ਗਾਹ ਉੱਥੋਂ ਪੱਟ ਕੇ ਅਤੇ ਆਪਣੇ ਸ਼ੇਰੂ ਸਾਹਿਬ ਵਾਸਤੇ ਵੀ ਸ਼ੇਰੂ ਸਾਹਿਬ ਇਹ ਦੇਖੋ ਸ਼ੇਰੂ ਸਾਹਿਬ ਜਿਹੜਾ ਨਾ ਬੜੇ ਬੁਰੇ ਹਾਲ 'ਚ ਹੈਗਾ ਦੇਖੋ ਇਹਦੀਆਂ ਵੱਖੀਆਂ ਵਿੱਚ ਵੜੀਆਂ ਖੜੀਆਂ ਸਿਰਫ ਭੁੱਖ ਦੀ ਵਜ੍ਹਾ ਤੋਂ ਚੱਲਦੇ ਹਾਂ ਚੱਲ ਕੇ ਲੈ ਕੇ ਆਉਂਦੇ ਹਾਂ ਚਾਰਾ ਇਹਨਾਂ ਵਾਸਤੇ ਦੋਨਾਂ ਵਾਸਤੇ ਤੈਨੂੰ ਵੀ ਭੁੱਖ ਲੱਗੀ ਹੈ ਹੈਂ ਭੁੱਖ ਲੱਗੀ ਹੈ ਚੱਲੇ ਹਾਂ ਤੇਰੇ ਵਾਸਤੇ ਵੀ ਲੈਣ ਔਰ ਬਾਕੀ ਤਮਾਮ ਭੈਣਾਂ ਭਾਈਆਂ ਇਤਜਾਜ਼ ਚਾਹੁੰਦੇ ਇਨਸ਼ਾਅੱਲਾ ਕੱਲ੍ਹ ਦੀ ਵੀਡੀਓ 'ਚ ਫਿਰ ਮੁਲਾਕਾਤ ਹੋਵੇਗੀ ਅੱਲਾ ਹਾਫਿਜ਼ ਅੱਲਾ ਨਿਗਹਿਬਾਨ ਆਪਣਾ ਢੇਰ ਸਾਰਾ ਖਿਆਲ ਰੱਖਣਾ ਔਰ ਦੁਆਵਾਂ ਮੇਂ ਯਾਦ ਰੱਖਣਾ ਬਹੁਤ ਸ਼ੁਕਰੀਆ ਥੈਂਕਸ